ਸੋਏ ਗਾਇਸ ਕੀ ਹਾਲ ਚਾਲ ਹੈ, ਸਭ ਦਾ ਫੁੱਲ ਸਾਰੇ ਵਧੀਆ ਹੋਵੋਗੇ। ਸਿੱਧੂ ਮੂਸੇਵਾਲੇ ਦੇ ਲਿਖੇ ਆਖਰੀ ਬੋਲ ਬਾਬੂ ਬਲਕੌਰ ਸਿੰਘ ਨੇ ਲਿਆਂਦੇ ਸਾਹਮਣੇ, ਅੱਜ ਦੇਖਿਆ ਮਾੜਾ ਜਿਹਾ ਕੀ ਸੀਗਾ। ਬਖੂਬੀ ਚੱਲਿਆ, ਹਰ ਇੱਕ ਮਨ ਦੇ ਉੱਤੇ ਨੇ ਅਸਰ ਵੀ ਕੀਤਾ। ਇੱਕ ਨਾਲੇ ਹੋਰ ਕੱਲ੍ਹ ਹੋਇਆ, ਮਤਲਬ ਕਿ ਜੇਲ੍ਹ 'ਚ ਹੀ ਸਿੱਧੂ ਮੂਸੇਵਾਲੇ ਦੇ ਦੋ ਮਰਡਰਰ ਮਰ ਗਏ ਨੇ, ਅਤੇ ਇੱਕ ਜਿਹੜਾ ਹੈਗਾ ਸੀਗਾ ਉਹ ਇਸ ਟਾਈਮ ਆਪਣਾ ਉਹਦੇ 'ਚ ਆਇਆ, ਕੀ ਕਹਿੰਦੇ ਆ ਉਹਨੂੰ, ਹੋਸਪਿਟਲ ਦੇ ਵਿੱਚ, ਠੀਕ ਆ। ਅਤੇ ਉਹਦਾ ਵੀ ਉਹਦਾ ਤਾਂ ਚੱਕਿਆ ਜਾਵੇ ਕੰਮ ਜਾਂ ਫਿਰ ਬਚ ਜਾਵੇ ਉਹ। ਬਟ ਇੱਕ ਚੀਜ਼ ਹੈ ਕਿ ਦੇਖੋ, ਉਹਨਾਂ ਨਾਲ ਜੇਲ੍ਹ 'ਚ ਹੀ ਹੋ ਗਿਆ, ਉਹਨਾਂ ਨੂੰ ਕਿਤੇ ਬਾਹਰ ਲੈਣ ਦੀ ਲੋੜ ਨਹੀਂ ਪਈ, ਕੋਈ ਫਾਂਸੀ ਕੁਛ ਦੇਣ ਦੀ ਲੋੜ ਨਹੀਂ ਪਈ। ਇਹ ਇਨਸਾਫ ਹੀ ਹੁੰਦਾ, ਰੱਬ ਦਾ ਫਿਰ ਰੱਬ ਹੀ ਚੱਕਦਾ ਹੁੰਦਾ। ਕੀਤਾ ਹਰ ਘਰ ਦੀ ਦੇਹਲੀ ਉਹਨੇ ਕ੍ਰੋਸ ਕੀਤੀ, ਹਰੇਕ ਬੱਚੇ ਦੇ ਮਨ ਦੇ ਉੱਤੇ ਛਾਪ ਛੱਡੀ ਆਪਣੀ। ਤਾਂ ਜੋ ਇਹ ਲਿਖਿਆ ਬੱਚੇ ਨੇ, ਇਹ ਲਿਖੇ ਹੋਏ ਸ਼ਬਦ ਨਹੀਂ ਹੈਗੇ, ਇਹ ਉਹਦੇ ਬੋਲੇ ਹੋਏ ਨੇ। ਸ਼ਾਇਦ ਮੈਂ ਜਿਸ ਦਿਨ ਤੁਹਾਡੇ ਰੂਬਰੂ ਹੋਊਂਗਾ ਬਰਸੀ ਦੇ ਉੱਤੇ, ਤਾਂ ਮੈਂ ਤੁਹਾਨੂੰ ਇਹਦੀ ਆਵਾਜ਼ ਸੁਣਾਊਂਗਾ ਉੱਥੇ, ਕਿਉਂਕਿ ਬੱਚੇ ਦਾ ਇੱਕ ਆਖਰੀ ਸੁਨੇਹਾ ਜੋ ਇਹਦਾ ਲਿਖਿਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਪੜ੍ਹ ਸਕਦੇ ਹੋ। ਤਾਂ ਇਹ ਆਪਣੀ ਆਵਾਜ਼ ਦੇ ਵਿੱਚ ਉਹਨੇ ਬੋਲਿਆ ਹੋਇਆ, ਰਿਕਾਰਡ ਕੀਤਾ ਹੋਇਆ, ਕਲੀਅਰ ਕੱਟ ਲਿਖਿਆ। ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ, ਮੈਂ ਟਾਰਗੇਟ ਹਾਂ ਆਬਾਦੀ ਦਾ, ਅੱਜ ਮਰਦਾ ਭਾਵੇਂ ਕੱਲ੍ਹ ਮਰ ਜਾ, ਮੈਨੂੰ ਖੌਫ ਨਹੀਂ ਬਰਬਾਦੀ ਦਾ। ਸੀਰੀਅਸਲੀ ਉਹ ਜਿਸ ਰਸਤੇ 'ਤੇ ਚੱਲਿਆ ਹੋਇਆ ਸੀ, ਬੜੀ ਬੇਵਾਕੀ ਦੇ ਨਾਲ ਚੱਲਿਆ ਸੀ। ਜੇ ਉਹ ਡਰ ਪਾਲ ਕੇ ਚੱਲਦਾ ਤਾਂ ਸ਼ਾਇਦ ਤੁਸੀਂ ਇੰਨੇ ਲੋਕ ਨਹੀਂ ਆਉਂਦੇ ਸੀ। ਉਹਦਾ ਇੱਕ ਆਪਣਾ ਸਟਾਈਲ, 8 ਮਹੀਨੇ ਹੋ ਗਏ, ਅੱਜ ਵੀ ਉੱਦਾਂ ਹੀ ਬਰਕਰਾਰ ਰਹਿੰਦਾ ਉੱਥੇ ਇਕੱਠ, ਰੱਬ ਦੀ ਨਿਹਮਤ ਹੈ। ਸਟਾਈਲ ਸੀ ਜੋ ਉਹਨੇ ਪੱਲੇ ਬੰਨਿਆ। ਕਈ ਵਾਰੀ ਮੈਂ ਬਾਪ ਹੋਣ ਦੇ ਨਾਤੇ ਸਮਝਾਉਣ ਦੀ ਕੋਸ਼ਿਸ਼ ਉਹਨੂੰ ਕਰਦਾ ਸੀ ਕਿ ਪੁੱਤ ਐਂ ਨਹੀਂ ਐਂ ਚੱਲੀ ਦਾ ਹੁੰਦਾ, ਐਂ ਨਹੀਂ ਐਂ ਚੱਲੀ ਦਾ ਹੁੰਦਾ। ਕਈ ਵਾਰੀ ਜਦੋਂ ਆਪਣੇ 'ਤੇ ਅੰਬੂਸ਼ ਲੱਗਦਾ, ਆਪਾਂ ਨੂੰ ਪਤਾ ਨਹੀਂ ਲੱਗਦਾ ਗੋਲੀ ਕਿਹੜੇ ਪਾਸੋਂ ਹੁੰਦੀ ਹੈ। ਤਾਂ ਮੈਨੂੰ ਇੱਕੋ ਗੱਲ ਕਹਿੰਦਾ ਸੀ, ਕਹਿੰਦਾ ਬਾਪੂ ਮੇਰਾ ਸਟਾਈਲ ਵੀ ਜਿਹੜਾ ਮੈਂ ਲੋਕਾਂ ਅੱਗੇ ਪੇਸ਼ ਕੀਤਾ, ਮੈਂ ਵੀ ਉਹ ਤੋਂ ਟਸ ਤੋਂ ਮਸ ਨਹੀਂ ਹੋ ਸਕਦਾ। ਤੁਸੀਂ ਜਿੱਦਾਂ ਮੇਰੇ 'ਤੇ ਫਾਇਰਿੰਗ ਹੋਊਗੀ ਜਾਂ ਜਿਸ ਦਿਨ ਇਹ ਟਾਈਮ ਆਊਗਾ, ਮੈਂ ਵੀ ਆਪਦੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਕਰੂੰ। ਔਰ ਉਹਨੇ ਕਰੀ ਵੀ ਨਹੀਂ, ਬੇਸ਼ੱਕ ਉਹ 8 ਸੀ ਵੱਡੇ ਅਸਲੇ ਨਾਲ ਲੈ ਸੀ, ਪਰ ਉਹਦੇ ਕੋਲ ਜੋ ਸੀ ਜਿੰਨੇ ਸਾਧਨ ਸੀ, ਜਦ ਤੱਕ ਉਹਨੂੰ ਹੋਸ਼ ਰਹੀ ਤਦ ਤੱਕ ਉਹਨੇ ਫਾਇਰ ਕਰਦਾ ਰਿਹਾ। ਸਹੀ ਆ, ਕੋਈ ਉਹਨੇ ਹਾਏ ਬੂ ਨਹੀਂ ਕਹੀ, ਕਿਸੇ ਅੱਗੇ ਮਰਨ ਤੋਂ ਪਹਿਲਾਂ ਹੱਥ ਨਹੀਂ ਬੰਨੇ ਵੀ ਮੈਨੂੰ ਛੱਡ ਦਿਓ ਜਾਂ ਮੈਨੂੰ ਗਲਤੀ ਕਰ ਦਿਓ, ਨਹੀਂ ਤਾਂ ਭਜਾ ਤਾਂ ਸਕਦਾ ਸੀ ਨਾ ਉਹ ਗੱਡੀ। ਮੈਂ ਤੁਹਾਡੀ ਕਾਲੀ ਗਊਆਂ ਨਹੀਂ ਹੁੰਦਾ, ਆਮ ਤੌਰ 'ਤੇ ਅਗਲਾ ਮੌਤ ਪੈਰਾਂ ਸਾਹਮਣੇ ਖੜੀ ਦੇਖ ਕੇ ਨਾ ਡੋਲਦੇ ਅਸ ਗੱਲ 'ਚ, ਪਰ ਉਹਨੇ ਪਤਾ ਲੱਗ ਗਿਆ ਸੀ ਜਦੋਂ ਤੇ ਫੈਰ ਆ ਗਿਆ, ਉਹਨੂੰ ਪਤਾ ਲੱਗ ਗਿਆ ਵੀ ਹੁਣ ਮੌਤ ਆ ਗਈ ਹੈ, ਗੱਲ ਨਾਲ ਲਾਉਣੀ ਪੈਣੀ ਹੈ। ਅਤੇ ਉਹਨੇ ਉਸ ਸੂਰਮਿਆਂ ਵਾਂਗੂ ਹੀ ਉਸ ਗੱਲ ਦਾ ਸਾਹਮਣਾ ਕੀਤਾ। 32-35 ਗੋਲੀਆਂ ਛਾਤੀ 'ਤੇ ਝੱਲਣੀਆਂ, ਕੋਈ ਖਾਲਾ ਜੀ ਦਾ ਬਾੜਾ ਨਹੀਂ। ਬਿਲਕੁਲ, ਪਰ ਉਹ ਜੋ ਕਹਿੰਦਾ ਸੀ, ਉਹ ਕਹਿੰਦਾ ਮੈਂ ਸਟੇਜ 'ਤੇ ਚੜ੍ਹਦਾ, ਮੈਂ ਥਾਪੀ ਮਾਰ ਕੇ ਚੜ੍ਹਦਾ, ਮੈਂ ਲੋਕਾਂ 'ਚ ਜਿਸ ਤਰ੍ਹਾਂ ਦੀ ਮੇਰੀ ਇਮੇਜ ਬਣੀ ਹੈ, ਮੈਨੂੰ ਕੱਲ੍ਹ ਨੂੰ ਲੋਕ ਇਹ ਨਾ ਕਹਿਣ ਵੀ ਜਾਣ ਲੱਗਿਆ ਡਰ ਗਿਆ ਸੀ। ਤੁਸੀਂ ਸੁਣਿਆ ਹੋਊਗਾ ਸਦਾਮ ਹੁਸੈਨ, ਸਦਾਮ ਹੁਸੈਨ ਨੂੰ ਜਦੋਂ ਫਾਂਸੀ ਹੋਣ ਲੱਗੀ ਨਾ, ਉਹ ਵਾਰ ਵਾਰ ਕਹਿੰਦਾ ਸੀ ਮੇਰਾ ਕੋਰਟ 'ਤੇ ਉਹ ਕਿੱਥੇ ਹੈ। ਬੜੇ ਲੋਕਾਂ ਨੂੰ ਸਵਾਲ ਵੀ ਕੀਤੇ ਵੀ ਤੁਸੀਂ ਕੋਰਟ ਕਿਉਂ ਮੰਗ ਰਹੇ ਹੋ ਵਾਰੀ ਵਾਰੀ, ਉਹ ਕਹਿੰਦਾ ਮੈਂ ਇੱਕ ਕੌਮ ਦਾ ਲੀਡਰ ਹਾਂ, ਮੇਰੀ ਕੌਮ ਮੈਨੂੰ ਜਾਣ ਲੱਗਿਆ, ਇਹ ਨਾ ਕਹੇ ਵੀ ਮੈਨੂੰ ਠੰਡ ਲੱਗ ਰਹੀ ਹੈ ਥੋੜ੍ਹੀ ਜਿਹੀ, ਵੀ ਮੈਂ ਸਰੀਰ ਬਜ਼ੁਰਗਾਂ ਸਰੀਰ ਕੰਬ ਜੇ, ਮੈਸੇਜ ਇਹ ਨਾ ਜਾਵੇ ਫਾਂਸੀ ਵੇਲੇ ਵੀ ਕੌਮ ਦਾ ਲੀਡਰ ਹੈ ਲੱਤਾਂ ਕੰਬੀਆਂ ਨੇ, ਵੀ ਮੈਨੂੰ ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ, ਦੇਖ ਲਓ। ਠੀਕ ਹੈ, ਮੈਨੂੰ ਨਹੀਂ ਪਤਾ ਸਦਾਮ ਹੁਸੈਨ ਚੰਗਾ ਸੀ ਜਾਂ ਮਾੜਾ ਸੀ, ਕਿਵੇਂ ਸੀ, ਠੀਕ ਹੈ। ਕੁਝ ਲੋਕ ਕਹਿੰਦੇ ਚੰਗੇ ਸੀਗੇ, ਕੁਝ ਕਹਿੰਦੇ ਮਾੜੇ ਸੀਗੇ, ਠੀਕ ਹੈ। ਬਟ ਇਹ ਬਹੁਤ ਵਧੀਆ ਗੱਲ ਹੁੰਦੀ, ਲੱਤਾਂ ਕੰਬੀ ਜਾਂਦੀਆਂ, ਕੁਛ ਮੇਰਾ ਕੋਟ ਦੇ ਦਿਓ ਮੈਨੂੰ, ਠੀਕ ਹੈ। ਠੰਡ ਨਾਲ ਕੰਬ ਰਹੀਆਂ ਨੇ, ਮੌਤ ਨਾਲ ਨਹੀਂ ਕੰਬ ਰਹੀਆਂ। ਮੈਨੂੰ ਪਾਲਾ ਨਾ ਲੱਗੇ ਫਾਂਸੀ ਦੇਣੀ ਹੈ, ਬੇਸ਼ੱਕ ਉਹਨੇ ਨੰਗੇ ਮੂੰਹ ਬੜੀ ਦਲੇਰੀ ਨਾਲ ਫਾਂਸੀ ਲਈ ਸੀ। ਸੋ ਜਿਹੜੇ ਬੰਦੇ ਕਿਸੇ ਵੀ ਸਮੂਹ ਨੂੰ ਲੀਡ ਕਰਦੇ ਨੇ, ਫਿਰ ਉਹਨੂੰ ਕੁਰਬਾਨੀ ਤਾਂ ਦੇਣੀ ਪੈਂਦੀ ਹੈ, ਪਰਿਵਾਰ ਨੂੰ ਵੀ ਦੇਣੀ ਪੈਂਦੀ ਹੈ ਨਾਲ। ਅਤੇ ਹਾਲਾਤ ਤੁਹਾਡੇ ਸਾਹਮਣੇ ਹੈ, ਤੁਸੀਂ ਮੇਰੇ ਨਾਲ ਖੜ੍ਹੇ ਹੋ, ਤੁਹਾਡਾ ਲੱਖ ਲੱਖ ਸ਼ੁਕਰਾਨਾ ਮੈਂ, ਬਲ ਮੇਰੇ ਕੋਲ ਸ਼ਬਦ ਨਹੀਂ, ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ, ਕਿਉਂਕਿ ਨਾ ਤਾਂ ਮੈਂ ਲੀਡਰ ਹਾਂ, ਲੋਕ ਸਾਡੀਆਂ ਇਹਨਾਂ ਚੀਜ਼ਾਂ ਨੂੰ ਵੀ ਕੋਈ ਪੋਲੀਟਿਕਸ ਨਾਲ ਜੋੜਦਾ ਜੋ ਕੁਛ ਵੀ ਕਰਦਾ। ਹਾਂ ਮੈਂ ਤੁਹਾਨੂੰ ਇਹ ਵਾਅਦਾ ਕਰਦਾ ਵੀ ਪੋਲੀਟਿਕਸ ਦਾ ਕੀ, ਜੇ ਮੈਨੂੰ ਮੰਗਤਾ ਵੀ ਬਣਨਾ ਪਵੇ ਭੀਖ ਮੰਗਣ ਲਈ, ਮੈਂ ਉਹ ਵੀ ਮੰਗ ਸਕਦਾ, ਪਰ ਮੈਨੂੰ ਜਸਟਿਸ ਮਿਲਣਾ ਚਾਹੀਦਾ। ਜਿਸ ਰਸਤੇ ਵੀ ਤੋਰਨਗੇ, ਮੈਂ ਹਰ ਇੱਕ ਨੂੰ ਮਿਲਿਆ, ਮੈਂ ਅਮਿਤ ਸ਼ਾਹ ਜੀ ਦੇ ਚਰਨਾਂ 'ਚ ਵੀ ਮੱਥਾ ਟੇਕ ਕੇ ਆਇਆ ਵੀ ਮੇਰੇ ਸੁਣੋ, ਪਰ ਕਿਸੇ ਨੇ ਨਹੀਂ ਸੁਣੀ। ਮੈਂ ਰਾਹੁਲ ਜੀ ਕੋਲ ਜਾ ਕੇ ਆਇਆ, ਉਹ ਵਿਪਕਸ਼ ਦਾ ਨੇਤਾ ਵਿਚਾਰਾ ਕਰੀ ਕੀ ਸਕਦਾ, ਪਰ ਉਹਨੇ ਜੋ ਵੀ ਸੰਭਵ ਹੈ ਮੈਨੂੰ ਭਰੋਸਾ ਦਿੱਤਾ।
ਤੁਸੀਂ ਅਗਲੀ ਕੀ ਇਨਵੈਸਟੀਗੇਸ਼ਨ ਚਾਹੁੰਦੇ ਹੋ ਜਾਂ ਇਸ ਤੋਂ ਅੱਗੇ ਤੁਹਾਡਾ ਕੀ ਮਨ ਹੈ ਮੈਨੂੰ ਦੱਸੋ, ਮੈਂ ਤੁਹਾਡੇ ਨਾਲ ਤੁਰੂੰਗਾ। ਚਲੋ ਉਹ ਤਾਂ ਆਸ਼ਵਾਸ਼ਨ ਨਹੀਂ ਦੇ ਸਕਦਾ ਉਹਨੇ ਦਿੱਤਾ, ਇਸ ਤੋਂ ਬਾਅਦ ਵੀ ਕਈ ਸੰਪਰਕ ਕਰਦੇ ਆ, ਜੋ ਵੀ ਮਿਲੂਗਾ ਮੈਂ ਹਰ ਇੱਕ ਨੂੰ ਮਿਲੂੰਗਾ। ਪਰ ਕੁਛ ਪੱਲੇ ਪਾਉਂਦੇ ਆ ਕਿ ਨਹੀਂ ਪਾਉਂਦੇ ਆ, ਪਰ ਮੈਂ ਭਰੋਸਿਆਂ 'ਤੇ ਵਿਸ਼ਵਾਸ ਕਰਨ ਵਾਲਾ ਨਹੀਂ ਹੈ। ਜੇ ਤਾਂ ਮੇਰੇ ਸਾਹਮਣੇ ਕੋਈ ਗੱਲ ਹੋਊਗੀ ਜਸਟਿਸ ਦੀ ਤਾਂ ਹੀ ਮੰਨੂਗਾ। ਇੰਨਾ ਕੁ ਭਰੋਸਾ ਰੱਖਿਓ, ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਐਂਟਰਟੇਨਮੈਂਟ ਨਾਲ ਜੁੜੀ। ਠੀਕ ਹੈ ਜੀ, ਅਤੇ ਵਧੀਆ ਠੀਕ ਹੈ, ਉਹਨਾਂ ਨੇ ਜਿਹੜੇ ਮਾੜੇ ਜੋ ਦਿਖਾਇਆ ਉਹ ਤਾਂ ਚਲੋ ਹੈ, ਠੀਕ ਹੈ। ਸਿੱਧੂ ਲਿਖਦਾ ਸਭ ਨੂੰ ਪਤਾ ਹੀ ਸੀਗਾ ਕਿ ਉਹਨੂੰ ਪਤਾ ਸੀ ਬੰਦੇ ਨੂੰ ਕਿ ਠੀਕ ਹੈ ਉਹ ਕਦੇ ਨਾ ਕਦੇ ਉਹਦਾ ਅੰਤ ਇਸੇ ਤਰੀਕੇ ਨਾਲ ਹੋਣਾ, ਕਿਉਂਕਿ ਉਹਨੂੰ ਤਾਂ ਇੰਨੀਆਂ ਧਮਕੀਆਂ, ਇੰਨਾ 24 ਘੰਟੇ ਹਰਾਸ਼ ਕਰਨਾ ਇੱਕ ਬੰਦੇ ਨੂੰ, ਹੈ ਨਾ। ਉਹ ਕਹਿੰਦਾ ਤਾਂ ਕਹਿੰਦਾ ਮੇਰਾ 24 ਘੰਟੇ ਇਮਤਿਹਾਨ ਹੀ ਹੁੰਦਾ ਮੇਰਾ ਹਰ ਰੋਜ਼। ਅਤੇ ਸੋ ਇਹੀ ਹੈ ਕਿ ਮੈਂਟਲ ਬ੍ਰੇਕਡਾਊਨ ਉਹਦਾ ਬਹੁਤ ਹੁੰਦਾ ਸੀ, ਉਹ ਖੁਦ ਦੱਸਦਾ ਸੀਗਾ ਉਹਦੇ 'ਚ ਇੰਟਰਵਿਊਜ਼ ਵਿੱਚ। ਅਤੇ ਬਾਕੀ ਕੋਈ ਨਹੀਂ, ਬਾਪੂ ਜੀ ਦੇ ਨਾਲ ਆ, ਅਤੇ ਅੱਗੇ ਦੇਖਦੇ ਹਾਂ ਕੀ ਬਣਦਾ। ਕੁਛ ਜਸਟਿਸ ਤਾਂ ਚਲੋ ਰੱਬ ਵੀ ਦੇ ਰਿਹਾ, ਹੁਣ ਉਹ ਮਾਰ 'ਤੇ, ਠੀਕ ਹੈ। ਮੌਤ ਦੀ ਮੌਤ ਦੇਣ ਵਾਲੇ ਨੂੰ ਮੌਤ ਹੀ ਮਿਲਣੀ ਚਾਹੀਦੀ ਹੈ, ਉਹਨੂੰ ਹੋਰ ਕੁਛ ਨਹੀਂ ਹੋਣਾ ਚਾਹੀਦਾ। ਮੈਂ ਬਸ ਇਹ ਗੱਲ ਕਹੂੰਗਾ, ਠੀਕ ਹੈ।